ਦੋਸਤਾਂ ਨਾਲ ਨਹਾਉਣ ਗਿਆ ਨੌਜਵਾਨ ਡੁੱਬਿਆ ਸਤਲੁਜ। 15 ਦੋਸਤਾਂ ਦੇ ਹੁੰਦੇ ਹੋਏ ਡੁੱਬਣ ਤੇ ਉੱਠ ਰਹੇ ਸਵਾਲ। 18 ਸਾਲ ਦਾ ਸੀ ਮ੍ਰਿਤਕ ਨੌਜਵਾਨ। ਤਾਂ ਦੱਸ ਦੇ ਕਿ 18 ਸਾਲ ਦਾ ਨੌਜਵਾਨ ਆਪਣੇ 15 ਦੋਸਤਾਂ ਦੇ ਨਾਲ ਮਿਲ ਕੇ ਨਹਾਉਣ ਦੇ ਲਈ ਜਾਂਦਾ ਤੇ ਫਿਰ ਉਸਦੀ ਡੁੱਬਣ ਕਾਰਨ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰ ਹੁਣ ਇਸ ਗੱਲ ਤੇ ਸਵਾਲ ਉੱਠ ਰਹੇ ਨੇ ਕਿ 15 ਦੋਸਤਾਂ ਦੇ ਹੁੰਦੇ ਹੋਏ ਉਹ ਕਿਵੇਂ ਡੁੱਬ ਗਿਆ ਤੇ ਕਿਸੇ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਤਾਂ ਦੱਸ ਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਨੌਜਵਾਨ ਜਿਸਦੀ ਉਮਰ 18 ਸਾਲ ਹੈ ਘਰ ਤੋਂ ਦੱਸੇ ਬਿਨਾਂ ਸਤਲੁਜ ਦਰਿਆ ਤੇ ਨਹਾਉਣ ਦੇ ਲਈ ਜਾਂਦਾ ਹੈ ਤੇ ਇਸ ਦੇ ਨਾਲ ਹੋਰ 14 ਤੋਂ 15 ਨੌਜਵਾਨ ਹੁੰਦੇ ਨੇ ਅਤੇ ਨਹਾਉਂਦੇ ਨਹਾਉਂਦੇ ਇਹ ਦਰਿਆ ਦੇ ਡੂੰਘੇ ਸਾਈਡ ਚਲੇ ਜਾਂਦੇ ਨੇ ਤੇ ਉੱਥੇ ਵਹਾਅ ਇੰਨਾ ਤੇਜ਼ ਸੀ ਕਿ ਨੌਜਵਾਨ ਉਸਦੇ ਵਿੱਚ ਡੁੱਬ ਗਿਆ ਤੇ ਕਿਸੇ ਨੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਤੇ ਇਸ ਸੰਬੰਧੀ ਇਸ ਦੇ ਪਿਤਾ ਨੂੰ ਫੋਨ ਲਗਾ ਕੇ ਦੱਸਿਆ ਗਿਆ ਕਿ ਤੁਹਾਡਾ ਮੁੰਡਾ ਡੁੱਬ ਰਿਹਾ, ਤੁਸੀਂ ਆ ਜਾਓ। ਪਰ ਇਹਨਾਂ ਨੇ ਕਿਸੇ ਨੇ ਵੀ ਇਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਹੁਣ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ ਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਬੱਚਿਆਂ ਨੂੰ ਨਾ ਭੇਜੋ ਦਰਿਆਵਾਂ ਦੇ ਵਿੱਚ ਨਹਾਉਣ, ਇਸ ਘਰ ਦਾ ਬੁਝ ਗਿਆ ਚਿਰਾਗ। ਤਾਂ ਦੋਸਤਾਂ ਦੇ ਹੁੰਦੇ ਹੋਏ ਵੀ ਇਹ ਨੌਜਵਾਨ ਨਹੀਂ ਬਚਿਆ ਤੇ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਨਸਾਫ ਦੀ ਮੰਗ ਕਰ ਰਹੇ ਨੇ। ਉਸੇ ਤਾਂ ਗੋਲੂ ਹਮ ਪਿਆਰ ਸੇ ਬੁਲਾਤੇ ਥੇ, ਨਾਮ ਵੀ ਨੀਤਾ ਉਸਕਾ। ਕਬ ਗਿਆ ਥਾ? ਯਹਾਂ 11:20 ਪੇ। ਆਪਕੋ ਬਤਾ ਦੇ ਗਿਆ ਥਾ ਸਕੂਲ ਜਾਣਾ? ਨਹੀਂ, ਹੋ ਗਿਆ ਕਹਤਾ ਮੈਂ ਜਾ ਰਹਾ ਹੂੰ ਸਕੂਲ, ਪਹਿਲੇ ਬੱਚੋਂ ਕੀ ਛੁੱਟੀ ਹੋ ਗਈ, ਵਹਾਂ ਸੇ ਲੈ ਕੇ ਆਉਣਾ ਹੈ 12:30। ਮੈਂ ਕਿਹਾ ਰੋਟੀ ਖਾ ਲੇ, ਕਹਤਾ ਨੇ ਮੰਮੀ ਆ ਕੇ ਖਾਤਾ ਹੂੰ। ਸਾਢੇ 15 ਲੋਕ ਤੇ, ਪਤਾ ਨਹੀਂ ਨਾਮ ਮੇਰੇ ਕੋ ਨਹੀਂ ਪਤਾ ਕਿਸੀ ਕਾ। 18 ਸਾਲ ਆਪਕੀ ਮਾਰਚ ਮੈਂ 15 ਮਾਰਚ ਕੋ ਹੋਤਾ। ਪੜ੍ਹਾਈ ਕਰਤਾ ਥਾ ਯਾ? ਪੜ੍ਹਾਈ ਛੋੜ ਦਿਆ ਥਾ, ਹਾਈ ਸਕੂਲ ਕਰ ਲਿਆ ਥਾ। ਅੱਛਾ, ਫਿਰ ਉਸਕੇ ਬਾਅਦ ਉਹ ਆਇਆ, ਦੋ ਰੋਟੀ ਨਿਕਾਲ ਕੇ ਪਲੇਟ ਮੈਂ ਡਾਲ ਕੇ ਮੇਰੇ ਲਈ ਲੈ ਆਈ ਥੀ ਲੜਕੀ ਮੇਰੀ। ਕੁਛ ਹਮਾਰੇ ਪੁਰਾਣੇ ਗਲੀ ਕੇ ਮੁਹੱਲੇ ਕੇ ਲੜਕੇ ਥੇ, ਜਹਾਂ ਮੇਰਾ ਪੁਰਾਣਾ ਮਕਾਨ ਹੈ, ਕੁਛ ਇਸ ਮੁਹੱਲੇ ਕੇ ਥੇ। ਆਟੋ ਸੇ ਵਹਾਂ ਜਾ ਕੇ ਪਤਾ ਲਗਾ ਕਿ ਕੁਛ ਹਮਾਰੇ ਪੁਰਾਣੇ ਗਲੀ ਕੇ ਮੁਹੱਲੇ ਕੇ ਲੜਕੇ ਥੇ, ਕੁਛ ਯਹਾਂ ਕੇ ਮੁਹੱਲੇ ਕੇ ਲੜੇ ਥੇ। ਮੇਰੇ ਘਰ ਵਾਲੇ ਕੇ ਨੰਬਰ ਪੇ ਫੋਨ ਆਇਆ, ਮੇਰੇ ਲੜਕੇ ਕੇ ਹੀ ਫੋਨ ਸੇ, ਮੇਰੇ ਕੋ ਤਾਜੀ ਹੁਆ ਉਹ ਤਾਂ ਲੋਕ ਆਪਣਾ ਕਿਸੀ ਕੋ ਬਤਾਤਾ ਨਹੀਂ ਹੈ, ਫਿਰ ਉਨਕੋ ਕੈਸੇ ਪਤਾ ਲਗਾ। ਫਿਰ ਇਹ ਫੋਨ ਕੀ ਮੇਰੇ ਪਾਸ, ਕਹਤੇ ਗੋਲੂ ਕਾ ਫੋਨ ਆਇਆ ਥਾ, ਮੈਂ ਕਿਹਾ ਨਹੀਂ ਗੋਲੂ ਕਾ ਤਾਂ ਨਹੀਂ ਆਇਆ ਫੋਨ, ਕਹਤਾ ਕਹਾਂ ਗਿਆ, ਮੈਂ ਕਹਤਾ ਮੈਂ ਗੇੜੇ ਲਗਾਉਣੇ ਜਾ ਰਹਾ ਹੂੰ, ਆਊਂਗਾ ਵੀ ਰੋਟੀ ਖਾਊਂਗਾ। ਕਹਤੇ ਫਿਰ ਕਹ ਮੈਂ ਕਿਹਾ ਕਿਆ ਹੁਆ, ਕਹਤੇ ਫੋਨ ਆਇਆ ਤਾਂ ਸਤਲੁਜ ਮੈਂ ਡੁੱਬ ਗਿਆ। ਮੈਂ ਕਿਹਾ ਕੈਸੇ ਡੁੱਬ ਗਿਆ? ਕਹਤੇ ਉਸਕੇ ਸਾਥ 4-5 ਲੜਕੇ ਥੇ, ਲੜਕਾ ਜਬ ਉਸਕੇ ਪਾਸ ਮੈਂ ਫੋਨ ਲਗਾਈ ਆਪਣੇ ਗੋਲੂ ਕੇ ਨੰਬਰ ਪੇ, ਲੜਕਾ ਕਹਤਾ ਸਵਾਰੀ ਲੈ ਕੇ ਆਇਆ ਥਾ। ਮੈਂ ਕਿਹਾ ਕੋਈ ਸਵਾਰੀ ਲੈ ਜਾਣੇ ਕਾ ਮਤਲਬ ਹੀ, ਕੋਈ ਤਿਉਹਾਰ ਤਾਂ ਹੈ ਨਹੀਂ। ਉਸਨੇ ਫੋਨ ਕਾਟ ਦਿਆ, ਫਿਰ ਮੈਂ ਫੋਨ ਫਿਰ ਉਹ ਕਰੀ ਵਾਪਸ ਕਰੀ, ਫਿਰ ਪੁੱਛੀ ਕਿ ਕਹਾਂ ਹੈ ਗੋਲੂ? ਕਹਤਾ ਆਂਟੀ ਦਰਿਆ ਮੈਂ ਡੁੱਬ ਗਿਆ। ਮੈਂ ਕਿਹਾ ਕੈਸੇ ਡੁੱਬ ਗਿਆ? ਕਹਤਾ ਹਮ 4 ਲੋਕ ਬਚਾ ਰਹੇ ਥੇ, ਬਚਾਤੇ ਬਚਾਤੇ ਡੁੱਬ ਗਿਆ। ਅਗਰ 15 ਲੋਕ ਥੇ ਬਚਾਤੇ ਤੋ ਦੋ ਬਚਾਨੇ ਹਲੇ ਥੇ ਤੋ ਆਪਣੇ ਗਾਉ ਉਸਕਾ ਗਲਾ ਪਕੜ ਕੇ ਖਿੱਚਣੇ ਲੱਗ ਗਿਆ, ਫਿਰ ਉਹ ਝਟਕ ਕੇ ਆਪਣਾ ਨਿਕਲ ਆਏ, ਇਹ ਅੰਦਰ ਡੁੱਬ ਗਏ। ਇੱਕ ਸਰਦਾਰ ਥੇ ਵਹਾਂ ਪਿੰਡੋ ਵਹੀ ਨਿਕਾਲੇ। ਹਮ 4 ਲੋਕ ਗਏ ਥੇ ਬਚਾਨੇ, 4 ਲੋਕ ਬਚਾਨੇ ਗਏ ਥੇ, ਵੋ ਬਚਾਏ ਤੇ ਰਹੇ ਥੇ, ਹਮ ਲੋਕ ਨਿਕਲ ਆਏ ਬਾਹਰ, ਵੋ ਡੁੱਬਨੇ ਲਗਾ।
मैं तो, लेकिन दो तीन लड़के वैसे भी हैं जहाँ से मान लो पुलिस चौकी जो जाएंगे वहीं पे उनको पता लगेगा, उनका मोबाइल सारा कुछ वहाँ जमा हुआ है। लेकिन उसमें ना जो 14 लड़के किसी के घर बार का आपको पता है कहाँ कहाँ के लड़के थे, वो कहाँ से आए थे? एक मेरा पिछली गली में हमारा पहले एक बार लड़ाई झगड़ा हुआ था, वो था उस गली का लड़का था, उसको हम जानते भी नहीं थे कि वो गया होगा, मेरे को पता भी नहीं था कि उसकी दोस्ती उसके साथ ही, कभी हमने देखा भी नहीं था। ये कल पता लगा कि उस गली के लड़के थे। एक यहाँ कर्मो नाम की जनानी है, वो उसका भी लड़का गया, उसको भी कभी नहीं देखी थी अपने लड़के के साथ, वो भी फर्स्ट टाइम उसको भी पता लगा उसके साथ गया था। मेरा नाम प्रभु कुमार है, मैं भारतीय जनता पार्टी टिब्बर मंडल का प्रधान हाँ। तो मैं परिवार के नाल पूरी सहमति है, परिवार के नाल खड़ा जी, मैं ये परिवार मेरा अपना परिवार है। तो जो इन्होंने परिवार घटना हुई है, जी मतलब घटना हुई है, ये बहुत दुख की गल है गई है। तो जो मुंडे नहाने गए थे नौजवानों जो जिन्हें भी मुंडे नाल गए थे, तो कुछ सानू जो पता लग रहा इनपुट तो कुछ सानू डाउट लग रहा, तो एस एच ओ साहब ना मिल के असं डाउट क्लीयर करवाना। तो जो मुंडे नाल गए थे सारे मुंडे उत्थे बुला के इंक्वायरी करवानी है, क्योंकि 15 मुंडे कहते हैं 15 मुंडे नाल गए, 14-15 मुंडे नाल गए थे, एक मुंडा इधर डुब रहा, तो 14 बंदे उत्ते हो बंदा किदा किवें डुब सकता है, ठीक है ना? क्योंकि 14 बंदे जे जो कोशिश करते, तुम पता ही है आप देखते भी है वीडियो भी देखते, कोई एक बंदा डुबदा हों तो सारे बंद बचाने की कोशिश करते हैं। तो मैं लगता शायद बचाने की कोशिश नहीं की गई है। तो जे हो सकता कुछ ऐसी घटना होवे, कोई किसी नाल कोई रंजिश होवे, वो भी असं पता करवा रहे हैं। असं मैं महल च भी जाके आया, घर भी जाके पता किया, इलाके जाके पता करके आया कि भी कोई किसी नाल रंजिश है, किसी कोई झगड़ा होया। कई बार की होंदा जिवें यार किसी अगे तो यार दोस्त नाल अगे मुंडे मिल के लै जाते हैं, तो उस नाल कोई हादसा कर जाते हैं, ठीक है जी। ये पूरे इस परिवार को इंसाफ दिता जाएगा, तो इस परिवार के नाल मैं पूरा मैं खड़ा हाँ, 24 घंटे खड़ा हाँ। जिन्हें जिदे भी बनती कार्रवाई होगी करवावे। वह पता कर लें जी, जो ड्रिंक की है अजक तो तुम पता ही है समा कि चल रहा, कुछ मुंडे ड्रिंक करते, कुछ मुंडा कुछ ड्रग्स लेंदे, कुछ मुंडे उदा नशा करते हैं, ये देखो माड़ी गल है। पहली गल तो आपू अपने घरों तो बहर बच्चों जाना नहीं चाहिए, ठीक है जी। अजक नौजवान पीढ़ी आई है अपने यार दोस्तों के नाल मिल के चल जाते हैं, ये गलत गल है, ध्यान देना चाहिए। पर कई बार माँ प्यो भी करे बेचारे, ठीक है, घरों बारों बार मुंडे लै जाते हैं, पता लगता नहीं है। पर जी ये घटना हुई है बहुत माड़ी घटना हुई है, इस परिवार के नाल असं खड़े हैं, दिनात खड़े हैं, मतलब कि जरा इंसाफ की गल है इस परिवार को इंसाफ दवाया जाएगा पूरा। हमारे लड़के के साथ सर ऐसा हुआ, कल जो है नहाने गया था यारों दोस्तों के साथ, 15 लोग थे जो है, वहाँ जाके नहाए, फिर मेरे को 5:30 बजे फ़ोन आया कि तुम्हारा लड़का जो है डूब गया इसमें, तुम आओ यहाँ पे जो है जल्दी आओ। तो हम लोग भागते हुए फिर गए वहाँ पे, तो देखे उसका नाम विनीत कुमार था सर। कितनी उम्र थी उसका? 18 साल उम्र पूरा हो गया था, 18 साल 2 महीने हो गया। वो यार दोस्त का आया था फ़ोन वहीं से जो है, हाँ जी बोले आ जाओ तुम्हारे लड़के जो है यहाँ डूब रहा है। मैं कहा उसको बचा लो, डूब रहा था, तो बोले मैं नहीं बचा पा रहा हूँ जो है, आ जाइए जो है, और जो है डूब रहा नहीं, घर पे नहीं बता गया सी जो है। हाँ जी और लड़के तो मान लो है मोहल्ले के सारे लड़के जो है अपने मोहल्ले के जो है सही यार दोस्त हैं जो।
नहीं अब ये तो कुछ क्लियर पता नहीं लगा, लेकिन वहाँ जितने गए थे सारे यारे दोस्त गए थे जो है, अब मान लो घर में बता गए नहीं थे कि मैं मान लो गेड़ा लेके जा रहा हूँ या कुछ करने जा रहा हूँ, नहाने गए थे पता लगा जो बाद में नहाने गए मैं, तो अपना जो है ड्यूटी था जो है, मुझे 5:30 बजे फ़ोन आया जो है। अब यही समझ में नहीं आता जो है, लोग कहते हैं कि मान लीजिए हम लोग पहले नहा लिए थे बाद में नहाने गया, फिर उसी में जो है अपना डूबने लगा जो है। तो प्रशासन जो है अपने हिसाब से मान लो कार्रवाई कर रहा जो आया हुआ, बाकी जो निकलेगा उसी हिसाब कार्रवाई की जाएगी जो है। ये नहा गया सी, नहाण के कारण डूंगे पानी चल गया, तो सानू 3:05 के फोन आया सी इदा करके व्यक्ति डुब गया, तो उत्थे एक जिहड़ा बंदा जानकार सी तैरना जानता सी उसकी मदद नाल बाहर कढ़ के मोर्ची च डेड बॉडी जमा कराती, अज पोस्टमार्टम हो रहा। ये तकरीबन ये ई रिक्शा ड्राइवर है, ये नाल गए सी 12 to 14 के। ਸਰ ਮੇਰੇ ਤੱਕ ਦਾ ਨਾਮ ਕੀ ਹੈ? ਮੈਂ ਤਾਂ ਬਨੀਤ ਕੁਮਾਰ। ਕਿੱਥੇ ਰਹਿੰਦਾ ਸੀਗਾ? ਇਹ ਟਿੱਬਾ ਰੋਡ ਲੁਧਿਆਣਾ। ਅੱਛਾ, ਮਤਲਬ ਉਮਰ ਕਿੰਨੀ ਕੁ ਸਰ? ਇਹ 18 ਸਾਲ ਦੀ ਹੋ। 18 ਸਾਲ ਦੀ ਉਮਰ। ਮਤਲਬ ਵਿਆਹ ਹੈ ਸੀ? ਅਨਮੈਰਿਡ ਹੈ। ਸਰ ਕਿੱਦਾਂ ਕਿੰਨੇ ਕੁ ਲੋਕ ਗਏ ਸੀਗੇ ਇਹਦੇ ਨਾਲ? 12 to 14 ਦੇ ਵਿੱਚ। ਅੱਛਾ ਸਰ, ਕੀ ਇਨਸਾਫ ਦਿੱਤਾ ਜਾਊਗਾ ਪਰਿਵਾਰ? ਜੋ ਬਣਦੀ ਕਾਰਵਾਈ।